प्यास मन लागी, सहज आनंद सहज आनंद बसे बैरागी, दर्श तेरे की प्यास मन लागी, दर्श तेरे प्यास मन लागी। प्यास मन लागी, दर्श तेरे की प्यास मन लागी। गुर का बचन बस जीना, 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 बचन बस जीना, गुर का बचन बस जीना, गुर का बचन बस जीना, गुर का बचन बस जल नहीं डूबे तस्कर नहीं ले, जल नहीं डूबे तस्कर नहीं ले, पाहे ना साके जाले, पाहे ना सा बचन बस जीना, गुर का बचन बस जीना, गुर का बचन बस जीना, गुर का बचन बस सिमरो सिमर सिमर सुख पावो, सिमरो सिमर सिमर सुख पावो, सास सास समाले, सास सास
बचन बसे जीना ले, गुर का बचन बसे जीना ले, गुर का बचन बसे ए लोक पर लोक संग सहाई, ए लोक पर लोक संग सहाई, जत कत मोहे रखवाले, जत कत मोहे बचन बसे जीना, गुर का बचन बसे जीना, गुर का बचन बसे जीना, गुर का बचन बसे निर्धन को तन अंधले को टिक, निर्धन को तन अंधले को टिक, मात दूध जैसे बाले, मात दूध जैसे बाले, गुर का बचन बसे जीना, गुर का बचन बसे जीना, गुर का बचन बसे जीना, गुर का बचन बसे सागर में पोहित पायो हर नानक, सागर में पोहित पायो हर नानक, करी कृपा कृपाले, करी कृपा बचन बसे जीना, गुर का बचन बसे जीना, गुर का बचन बसे जीना, जल नहीं डूबे तस्कर नहीं ले, 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 पाहना सा कह जाले, पाहना सा बचन बसे जीना।
तो सन्मान सत्संगी जनों इत्थे ही दासरा वालों कीर्तन की समाप्ति मैं कोशिश की है तुहानू एक शब्द होर सुना देवां है ना बैठे हो तुसीं फिर मेरे शब्द सुनाते सुनाते तुसीं हिल जुल करनी तो कर लिया एक शब्द मैं होर सुना तेरा कीता जतो नहीं तेरा कीता जतो नहीं तेरा जातो नहीं मैनू जोग की तोई मैनू जोग की तोई तेरा कीता जातो नहीं तेरा कीता जातो मैनू जोग की तोई मैनू जोग की तोई तेरा पीता जातो नहीं तेरा पीता जातो मैं निर्गुण आरे को गुण नाही मैं निर्गुण आरे को गुण नाही आपे तरस पयोई आपे तरस आपे तरस पयोई आपे तरस पयोई तेरा कीता जातो नहीं तेरा कीता जातो नहीं मैनू जोग की तोई मैनू जोग की तोई तेरा कीता जातो नहीं तेरा कीता जातो तरस पया मेरा मत होई तरस पया मेरा मत होई सतगुर सज्जन मिलिया सतगुर सज्जन मिलिया सतगुर सज्जन मिलिया सतगुर सज्जन मिलिया तेरा कीता जातो नहीं तेरा कीता
ਨਾਨਕ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਨਾਨਕ ਨਾਮ ਮਿਲੇ ਤਾਂ ਜੀਵਾਂ ਨਾਮ ਮਿਲੇ ਨਾਮ ਮਿਲੇ ਤਾਂ ਜੀਵਾਂ ਤਨ ਮਨ ਜੀਵੇ ਤਨ ਮਨ ਥੀ ਹਰਿਆ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਹਰਿਆ ਤਨ ਮਨ ਜੀਵੇ ਹਰਿਆ ਤਨ ਮਨ ਜੀਵੇ ਹਰਿਆ ਤੇਰਾ ਕੀਤਾ ਜਤੋ ਨਾਹੀ ਤੇਰਾ ਕੀਤਾ ਜਤੋ ਨਾਹੀ ਜੀ ਮੈਨੂੰ ਜੋਗ ਮੈਨੂੰ ਜੋਗ ਕੀਤੋਈ ਤੇਰਾ ਕੀਤਾ ਜਤੋ ਨਾਹੀ ਤੇਰਾ ਕੀਤਾ ਜਤੋ ਨਾਹੀ ਤੇਰਾ ਕੀਤਾ ਜਤੋ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜੋ ਇਸ ਸਮੇਂ ਤੱਕ ਵੀ ਆਪ ਜੀ ਸਤਿਗੁਰਾਂ ਦੀ ਗੋਦ ਦਾ ਆਨੰਦ ਮਾਣ ਰਹੇ ਹੋ ਮੈਨੂੰ ਪਤਾ ਹੈ ਤੁਸੀਂ ਬਹੁਤ ਗੁਰੂ ਦੀ ਬਾਣੀ ਦੇ ਪ੍ਰੇਮੀ ਹੋ ਬਹੁਤ ਸਮਾਂ ਪਹਿਲਾਂ ਮੈਂ ਦਫ਼ਤਰ ਵਿੱਚ ਬੈਠਿਆ ਗੱਲ ਕਰ ਰਿਹਾ ਸੀ 1987 ਜਾਂ 88 ਵਿੱਚ ਮੈਂ ਤੁਹਾਡੇ ਇਲਾਕੇ ਵਿੱਚ ਆਇਆ ਸੀਗਾ ਸੰਤ ਬਾਬਾ ਦਲੇਲ ਸਿੰਘ ਜੀ ਸ਼ਾਹਬਾਦ ਵਾਲੇ ਉਹਨਾਂ ਵੱਲੋਂ ਇੱਥੇ ਗੁਰਮਤਿ ਸਮਾਗਮ ਰੱਖਿਆ ਗਿਆ ਸੀ ਤੋ ਬਹੁਤ ਭਾਰੀ ਗਿਣਤੀ ਵਿੱਚ ਮੈਂ ਪਹਿਲੀ ਵਾਰੀ ਆਇਆ ਤਾਂ ਮੈਂ ਇੰਨੀ ਸੰਗਤ ਪਹਿਲੀ ਵਾਰੀ ਇਸ ਇਲਾਕੇ ਵਿੱਚ ਦੇਖੀ ਸੀ ਸੋ ਇਸ ਕਰਕੇ ਮੈਨੂੰ ਪਤਾ ਹੈ ਤੁਸੀਂ ਬਹੁਤ ਚੰਗੇ ਸਰੋਤੇ ਹੋ ਵਿਦਵਾਨਾਂ ਨੂੰ ਵੀ ਸੁਣਦੇ ਹੋ ਕੀਰਤਨੀਆਂ ਨੂੰ ਵੀ ਸੁਣਦੇ ਹੋ ਢਾਡੀਆਂ ਨੂੰ ਵੀ ਸੁਣਦੇ ਹੋ ਔਰ ਇੰਨਾ ਲੰਮਾ ਸਮਾਂ ਬੈਠ ਕੇ ਸੁਣਦੇ ਹੋ ਇਹ ਸਤਿਗੁਰ ਦੀ ਤੁਹਾਡੇ 'ਤੇ ਬਖਸ਼ਿਸ਼ ਹੈ ਆਪ ਸੰਗਤਾਂ ਦਾ ਮੈਂ ਹਿਰਦੇ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਮੈਂ ਪਤਾ ਨਹੀਂ ਤੁਹਾਡੀ ਜੋ ਉਮੀਦ ਸੀ ਉਸ 'ਤੇ ਪੂਰਾ ਉਤਰਿਆ ਕਿ ਨਹੀਂ ਉਤਰਿਆ ਕਿਉਂਕਿ ਮੈਂ ਥੱਕਿਆ ਹੋਇਆ ਸੀ ਬਹੁਤ ਜ਼ਿਆਦਾ ਮੇਰੇ ਸਨਮਾਨ ਜੋ ਵੱਡੇ ਵੀਰ ਜੀ ਭਾਈ ਨਿਰਮਲ ਸਿੰਘ ਜੀ ਖਾਲਸਾ ਜੋ ਮੈਨੂੰ ਮਾਣ ਦਿੰਦੇ ਹਨ ਮੈਨੂੰ ਬੜਾ ਪਿਆਰ ਕਰਦੇ ਹਨ ਉਹਨਾਂ ਨੇ ਮੈਨੂੰ ਹੁਕਮ ਕੀਤਾ ਸੀ ਮੈਂ ਜਿਵੇਂ ਕਿਵੇਂ ਵੀ ਹਾਂ ਆਪ ਦੀ ਮੈਂ ਸੰਗਤ ਵਿੱਚ ਸੇਵਾ ਕਰਨ ਵਾਸਤੇ ਹਾਜ਼ਰ ਹੋਵਾਂ ਔਰ ਉਹਨਾਂ ਦੇ ਮੈਂ ਪਿਆਰ ਦਾ ਉਹਨਾਂ ਦੇ ਦਿੱਤੇ ਹੋਏ ਮਾਣ ਦਾ ਮੈਂ ਕਰਜ਼ਦਾਰ ਹਾਂ ਜੀ ਔਰ ਮੈਨੂੰ ਇਹ ਵੀ ਖੁਸ਼ੀ ਹੈ ਕਿ ਅਸੀਂ ਗੁਰ ਭਾਈ ਹਾਂ ਵੀਰ ਜੀ ਜਿਹਨਾਂ ਪਾਸੋਂ ਉਸਤਾਦ ਅਵਤਾਰ ਸਿੰਘ ਜੀ ਨਾਲ ਉਹਨਾਂ ਪਾਸੋਂ ਉਹਨਾਂ ਨੇ ਸੰਗੀਤ ਸਿੱਖਿਆ ਮੈਨੂੰ ਵੀ ਉਹਨਾਂ ਕੋਲੋਂ ਸੰਗੀਤ ਸਿੱਖਣ ਦਾ ਸੁਭਾਗ ਪ੍ਰਾਪਤ ਹੈ ਔਰ ਮੈਂ ਇਸ ਗੱਲ ਦਾ ਮਾਣ ਕਰਦਾ ਹਾਂ ਕਿ ਮੈਂ ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਗੁਰ ਭਾਈ ਹਾਂ ਉਹ ਮੈਨੂੰ ਵੱਡੇ ਹਨ ਇਸ ਕਰਕੇ ਮੈਨੂੰ ਪਿਆਰ ਕਰਦੇ ਹਨ ਔਰ ਇਸ ਗੱਲ ਦਾ ਵੀ ਮਾਣ ਕਰਦੇ ਹਨ ਕਿ ਮੈਂ ਉਹਨਾਂ ਦਾ ਗੁਰਭਾਈ ਹਾਂ ਕੋਟਾਨਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਗੋਦ ਦਾ ਆਪਾਂ ਸਾਰੇ ਆਨੰਦ ਮਾਣਿਆ ਜੀ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਜਿਨ੍ਹਾਂ ਨੇ ਬਹੁਤ ਹੀ ਪ੍ਰੇਮ ਭਾਵ ਦੇ ਨਾਲ, ਬੜੇ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਬਾਣੀ ਦੇ ਨਾਲ ਜੋੜਨ ਦਾ ਯਤਨ ਕੀਤਾ ਹੈ, ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਮੈਂ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ, ਕੇਵਲ ਕੁਝ ਮਿੰਟ ਹੋਰ ਨੇ, ਕਿਉਂਕਿ ਇੱਥੇ ਮੈਂ ਸੋਚ ਰਿਹਾ ਸੀ ਕਿ ਜਦੋਂ ਦੁੱਖ ਦੇ ਪਲ ਹੋਣ ਨਾ, ਮਨੁੱਖ ਕਹਿੰਦਾ ਵੀ ਦੁੱਖ ਛੇਤੀ ਕੱਟਿਆ ਜਾਵੇ। ਥੋੜ੍ਹਾ ਜਿਹਾ ਧਿਆਨ ਦਿਓ, ਸਮਾਗਮ ਕਦੀ ਕਦੀ ਆਪਾਂ ਹਾਜ਼ਰੀ ਭਰਦੇ ਹਾਂ। ਮੈਂ ਸੋਚ ਰਿਹਾ ਸੀ ਅਸੀਂ ਤਕਰੀਬਨ ਰੋਜ਼ ਹੀ ਰਾਤ ਨੂੰ 11-12 ਰੋਜ਼ ਹੀ ਵੱਜ ਜਾਂਦੇ, ਗੁਰੂ ਦੀ ਬੜੀ ਕਿਰਪਾ ਹੈ। ਮਨ 'ਚ ਖਿਆਲ ਆ ਰਿਹਾ ਸੀ ਦੁੱਖ ਦੇ ਪਲ, ਮਨੁੱਖ ਦੁਖੀ ਹੋਵੇ ਨਾ ਕਹਿੰਦਾ ਦੁੱਖ ਛੇਤੀ ਕੱਟਿਆ ਜਾਵੇ, ਪਰ ਜਦੋਂ ਇੱਦਾਂ ਸੰਗਤ 'ਚ ਬੈਠੇ ਹੋਈਏ ਜੀ ਕਰਦਾ ਕਦੀ ਸਮਾਂ ਇਹ ਮੁੱਕੇ ਹੀ ਨਾ, ਇਹ ਘੜੀਆਂ ਕਦੀ ਖਤਮ ਹੀ ਨਾ ਹੋਣ। ਕਿਉਂ? ਕਿਉਂਕਿ ਜਦੋਂ ਸੰਗਤ ਵਿੱਚੋਂ ਨਿਕਲਦੇ ਹਾਂ ਨਾ, ਉਦੋਂ ਹਾਲਤ ਮਨ ਦੀ ਬੜੀ ਮਾੜੀ ਹੋ ਜਾਂਦੀ ਹੈ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਅਰਦਾਸ ਕਰੀਏ ਸੱਚੇ ਪਾਤਸ਼ਾਹ, ਆਹੀ ਪਲ ਨੇ ਜਿਹੜੇ ਸਾਨੂੰ ਬਚਾਉਣ ਵਾਲੇ ਆ, ਅਤੇ ਬਾਕੀ ਸਾਰਾ ਸੰਸਾਰ ਹੀ ਠੱਗਣ ਵਾਸਤੇ ਬੈਠਾ ਹੈ, ਮਨੁੱਖ ਇੱਕ ਦੂਜੇ ਨੂੰ ਠੱਗ ਰਿਹਾ। ਗੁਰੂ ਕਿਰਪਾ ਕਰੇ, ਕੁਝ ਸਨਮਾਨ ਕੀਤੇ ਜਾਣੇ ਨੇ। ਮੈਂ ਬੇਨਤੀ ਕਰਾਂਗਾ, ਇਹ ਥੋੜ੍ਹਾ ਜਿਹਾ ਸਮਾਂ ਹੁੰਦਾ ਜਦੋਂ ਫਸਲ ਪੱਕੀ ਹੋਵੇ ਨਾ, ਅਤੇ ਆਪਾਂ ਕਾਹਲੀ ਕਰ ਜਾਂਦੇ ਹਾਂ, ਆ ਪੱਕੀ ਹੋਈ ਹੈ। ਅਤੇ ਇੱਥੇ ਨਾ ਜਿਹੜੀ ਇੱਥੇ ਬਹਿਣਾ ਹੈ, ਇਹ ਸੁਰਤ ਦੀ ਯਾਤਰਾ ਹੈ, ਇੱਥੇ ਕਈਆਂ ਨੇ ਯਾਤਰਾ ਕੀਤੀ ਹੋਣੀ ਹੈ। ਦੇਖੋ ਮਹਾਰਾਜ ਨੇ ਬਗਦਾਦ ਦੇ ਵਿੱਚ ਸੁਰਤ ਕਿੱਥੇ ਲੈ ਗਏ, ਦਸਤਗੀਰ ਪੀਰ ਦਾ ਲੜਕਾ, ਪਾਤਾਲਾਂ ਪਾਤਾਲ ਲੱਖ ਆਗਾਸਾ ਆਗਾਸ, ਇੱਥੇ ਕਈਆਂ ਨੇ ਸੁਰਤ ਦੀ ਯਾਤਰਾ ਪਤਾ ਨਹੀਂ ਕਿੱਥੇ ਪਹੁੰਚ ਗਏ ਹੋਣੇ, ਅਤੇ ਕਈ ਮੇਰੇ ਵਰਗੇ ਉੱਥੇ ਦੇ ਉੱਥੇ ਹੁੰਦੇ ਆ। ਸੋ ਗੁਰੂ ਕਿਰਪਾ ਕਰੇ, ਇਹ ਅੰਦਰਲੀ ਯਾਤਰਾ ਹੈ, ਜਿਹੜੀ ਆਪਾਂ ਇੱਥੇ ਬੈਠੇ ਨਹੀਂ ਹੁੰਦੇ, ਯਾਤਰਾ ਹੋ ਰਹੀ ਹੈ, ਪਤਾ ਨਹੀਂ ਕਿੱਥੇ ਕਿੱਥੇ ਸੁਰਤ ਚਲੇ ਜਾਂਦੀ ਹੈ। ਇਸ ਕਰਕੇ ਕਾਹਲੀ ਨਾ ਕਰੋ, ਥੋੜ੍ਹਾ ਜਿਹਾ ਚੰਦ ਮਿੰਟ ਹੋਰ, ਬਹੁਤ ਗੁਰੂ ਦੀ ਬਖਸ਼ਿਸ਼ ਹੋ ਰਹੀ ਹੈ। ਆਓ ਕੁਝ ਸਨਮਾਨ ਕੀਤੇ ਜਾਣੇ ਨੇ। ਮੈਂ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਾਂਗਾ, ਸੁਸਾਇਟੀਆਂ ਦੇ ਨਾਮ ਮੈਂ ਇੱਕ ਵਾਰੀ ਅਨਾਊਂਸ ਕਰ ਦੇਣੇ ਆ, ਕਿਉਂਕਿ ਉਸ ਤੋਂ ਬਾਅਦ ਅਨੰਦ ਸਾਹਿਬ 6 ਪੌੜੀਆਂ ਦਾ ਪਾਠ, ਉਪਰੰਤ ਅਰਦਾਸ ਬੇਨਤੀ ਹੋਣੀ। ਸ਼ਹੀਦ ਊਧਮ ਸਿੰਘ ਕਲੱਬ ਨਵਾਂ ਪਿੰਡ ਦੋਨੇਵਾਲ, ਜੋ ਸਟੈਂਡ ਦੀ ਸੇਵਾ ਕਰ ਰਹੇ ਸਨ, ਆ ਕੇ ਸਨਮਾਨ ਲੈ ਲੈਣ ਜੀ। ਬਹੁਤ ਇਹਨਾਂ ਵੀਰਾਂ ਦੀਆਂ ਸੇਵਾਵਾਂ ਨੇ ਸਾਰੀਆਂ ਸੁਸਾਇਟੀਆਂ ਦੀਆਂ, ਤਹਿ ਦਿਲੋਂ ਅਸੀਂ ਧੰਨਵਾਦੀ ਹਾਂ। ਸ਼ਹੀਦ ਊਧਮ ਸਿੰਘ ਕਲੱਬ ਨਵਾਂ ਪਿੰਡ ਦੋਨੇਵਾਲ, ਨੌਜਵਾਨ ਸੇਵਕ ਸਭਾ ਸੁਲਤਾਨਪੁਰ ਲੋਧੀ ਜੋੜਿਆਂ ਦੀ ਸੇਵਾ, ਨੌਜਵਾਨ ਸੇਵਕ ਸਭਾ ਮੋਠਾਂਵਾਲ ਜੋੜਿਆਂ ਦੀ ਸੇਵਾ, ਮੀਰੀ ਪੀਰੀ ਗੱਤਕਾ ਅਖਾੜਾ ਸੁਲਤਾਨਪੁਰ ਲੋਧੀ ਚੋਬਦਾਰਾਂ ਦੀ ਸੇਵਾ, ਇਹਨਾਂ ਵੀਰਾਂ ਨੂੰ ਬੇਨਤੀ ਕੀਤੀ ਸੀ, ਬਹੁਤ ਪ੍ਰਵਾਨ ਕਰਦੇ ਨੇ ਬੇਨਤੀ ਨੂੰ, ਉਹ ਵੀ ਆ ਕੇ ਸਨਮਾਨ ਲੈ ਲੈਣ ਜੀ। ਸਵੈ ਸੁਧਾਰ ਸੰਸਥਾ, ਭਾਈ ਜਸਵੰਤ ਸਿੰਘ ਜੀ, ਬਹੁਤ ਪਿਆਰੀ ਸ਼ਖਸੀਅਤ ਹੈ, ਜੋ ਫਰੀ ਲਿਟਰੇਚਰ, ਬਹੁਤ ਇਹਨਾਂ ਦਾ ਸਹਿਯੋਗ ਹੈ ਧਰਮ ਪ੍ਰਚਾਰ ਦੇ ਵਿੱਚ, ਇਹੋ ਜਿਹੀਆਂ ਰੂਹਾਂ ਦੀ ਅੱਜ ਬੜੀ ਲੋੜ ਹੈ, ਉਹ ਵੀ ਆਪਣਾ ਸਨਮਾਨ ਲੈ ਲੈਣ ਜੀ। ਭਾਈ ਗੁਰਦਾਸ ਜੀ ਨੌਜਵਾਨ ਸਭਾ, ਜੋ ਲੰਗਰ ਵਰਤਾਉਣ ਦੀ ਸੇਵਾ ਕਰ ਰਹੇ ਸਨ ਵੀਰ, ਉਹ ਵੀ ਸਨਮਾਨ ਲੈ ਲੈਣ। ਸੁਖਮਨੀ ਸਾਹਿਬ ਸੁਸਾਇਟੀ ਬਾਜ਼ਾਰ ਵਾਲਾ ਗੁਰਦੁਆਰਾ, ਸੁਖਮਨੀ ਸਾਹਿਬ ਸੁਸਾਇਟੀ ਗੁਰਦੁਆਰਾ ਸਿੰਘ ਸਭਾ, ਸੁਖਮਨੀ ਸਾਹਿਬ ਸੁਸਾਇਟੀ ਗੁਰਦੁਆਰਾ ਡੁਮਾਣਾ, ਸਰਦਾਰ ਬ੍ਰਿਜ ਭੁਪਿੰਦਰ ਸਿੰਘ ਜੀ ਲਾਲੀ, ਉਹ ਵੀ ਸਨਮਾਨ ਲੈ ਲੈਣ ਜੀ। ਸਰਦਾਰ ਭਾਈ ਗੁਰਪ੍ਰੀਤ ਸਿੰਘ ਜੀ, ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਭਗਤ ਰਵਿਦਾਸ ਜੀ, ਭਾਈ ਗੁਰਪ੍ਰੀਤ ਸਿੰਘ ਜੀ, ਉਹ ਵੀ ਸਨਮਾਨ ਲੈ ਲੈਣ ਜੀ। ਨੌਜਵਾਨ ਸਭਾ ਖਾਨਪੁਰ ਢੱਡਾ, ਜਿੱਥੇ 2 ਤੋਂ ਲੈ ਕੇ 4 ਦਸੰਬਰ ਤੱਕ, 3 ਰੋਜ਼ਾ ਬੇਨਤੀ ਪ੍ਰਵਾਨ ਕਰਿਓ। 3 ਤਰੀਕ ਨੂੰ ਭਾਈ 2 ਤਰੀਕ ਨੂੰ ਭਾਈ ਹਰਪਾਲ ਸਿੰਘ, ਭਾਈ ਕੁਲਵੀਰ ਸਿੰਘ ਆ ਰਹੇ ਨੇ ਹਜ਼ੂਰੀ ਰਾਗੀ ਜਥਾ ਅਤੇ ਕਥਾਵਾਚਕ, ਅਤੇ 3-4 ਨੂੰ ਵੀ ਰਾਤ ਦੇ ਦੀਵਾਨ ਨੇ, ਉੱਥੋਂ ਵੀ ਨੌਜਵਾਨ ਵੀਰ ਆਏ ਨੇ। ਮੈਂ ਬੇਨਤੀ ਕਰਾਂ ਜੇ ਇੱਥੇ ਹਨ ਅਤੇ ਸਨਮਾਨ ਲੈ ਲੈਣ। ਪੱਤਰਕਾਰ ਵੀਰ ਸਰਦਾਰ ਸੁਰਜੀਤ ਸਿੰਘ ਜੀ ਜੰਮੂ, ਉਹ ਵੀ ਆਪਣਾ ਸਨਮਾਨ ਲੈ ਲੈਣ। ਸੁਰਿੰਦਰ ਸਿੰਘ ਜੀ ਪੱਤਰਕਾਰ, ਬਲਵਿੰਦਰ ਸਿੰਘ ਜੀ ਵਿੱਕੀ ਪੱਤਰਕਾਰ, ਇਹਨਾਂ ਵੀਰਾਂ ਨੇ ਸਵੇਰੇ ਵੀ ਕਵਰੇਜ ਕੀਤੀ ਸੀ, ਉਹ ਵੀ ਆ ਕੇ ਸਨਮਾਨ ਲੈ ਲੈਣ ਜੀ। ਸਰਦਾਰ ਅਵਤਾਰ ਸਿੰਘ ਜੀ ਚੰਦੀ, ਕੀਰਤਨ ਸੇਵਾ ਸੁਸਾਇਟੀ ਸਾਬੂਵਾਲ, ਵੀਰ ਅਵਤਾਰ ਸਿੰਘ ਜੀ ਸਾਬੂਵਾਲ, ਜੋ ਸਮਾਗਮ ਕਰਵਾਉਂਦੇ ਨੇ, ਬਹੁਤ ਵਧੀਆ ਉਪਰਾਲੇ ਨੇ ਉਹਨਾਂ ਦੇ, ਉਹ ਵੀ ਆ ਕੇ ਸਨਮਾਨ ਪ੍ਰਾਪਤ ਕਰ ਲੈਣ ਜੀ। ਇਸੇ ਤਰ੍ਹਾਂ ਦਸ਼ਮੇਸ਼ ਮੋਟਰਸ, ਇਹ ਲੈ ਗਏ,
दशमेश मोटर्स इश्तहारां दी सेवा भी सन्मान लै लैन जी। धारीवाल मोटर्स छोटी फ्लैक्स की सेवा, खालसा मोटर्स छोटी फ्लैक्स की सेवा, कैपीटल बैंक वड्डियां फ्लैक्स दियां जो सेवावां सन उन्हां वल्लों कीतियां गईयां, साहिब एंटरप्राइजेज सद्दा पत्र की सेवा जिन्हां वल्लों की गई। इस तरह सरदार गुरमेल सिंह जी बिधीपुर USA वाले, उन्होंने बेनती करांगे वह भी सन्मान लै लैन जी। सरदार गुरमेल सिंह जी बिधीपुर USA वाले, सरदार दर्शन सिंह जी पुत्र सरदार जगा सिंह लोहिया खास वाले वो भी सन्मान लै लैन। जसपाल सिंह जी सरपंच गट्टी रायपुर, दलजीत सिंह जी गट्टी रायपुर, मनजोत सिंह जी USA तो जो सेवा की जिन्हों वालों वह भी सन्मान, उन्होंने ताया जी परमजीत सिंह जी सन्मान लैणगे। सरदार परमजीत सिंह जी, बलवीर सिंह जी कनेडा तो जिन्हों वालों सेवा की गई उन्हों का सन्मान भी, उन्होंने भरा वड्डे भरा सरदार नरेंद्र सिंह जी वह भी सन्मान लै लैन जी। बिक्रमजीत सिंह प्रभजोत कौर कनेडा तो वह भी सन्मान प्राप्त कर लें जी। बिक्रमजीत सिंह बीबी प्रभजोत कौर, इस तरह जो साउंड की सेवा बहुत ही वधिया सेवा इन्हां वीरां ने निभाई आ, खुराना साउंड वह भी सैंबी लाइट वाले जिन्होंने लाइट की सारी सेवा, सैंबी लाइट खुराना साउंड लाली टेंट हाउस वाले जिन्हों वालों बहुत वधिया सेवावां दित्तियां गईयां, लाली टेंट हाउस वाले खिंडा मूवी स्टूडियो प्रीत स्टूडियो, इन्हां सारयां दा ही बहुत बहुत धन्नवाद कीता जांदा है जो प्रबंधक वीरां दे बेनती ते इन्हां ने इत्थे पहुँच के समुचे समागम दे विच बहुत ही सेवावां दे के धन्नवादी बनाया है। बड़े खिंडा जी अते सारे ही जिन्ने भी होर वीर ने बड़े प्यार दे नाल सेवावां कर रहे आ। भाई गुरभाग सिंह जी प्रिंसीपल गुरमत कॉलेज जो धर्म प्रचार कमेटी वालों, क्योंकि सैकड़े कॉलेज जिहड़े ने चल रहे ने सारे भारत दे विच, ते अपने इलाके विच भी जो कॉलेज है बेबे नानकी जी शहीद सिख मिशनरी कॉलेज, बहुत वड्डी बख्शिश है सतगुरां दी जो इन्हां कॉलेजां दे विच बच्चे संगीत तबला कथा दीयां क्लासां लगदियां ने। इस तरह आलमगीर साहब गुरद्वारा उत्थे भी कॉलेज बनिया होया, उत्थे ये सेवा निभा रहे ने, वह भी अपना सन्मान प्राप्त कर लैन जी। नाल ही मैं बेनती करांगा हुण आनंद साहब छे पौड़ियां दा पाठ होवेगा, उपरंत अरदास बेनती होनी है। एक मेरी बेनती जरूर है, तरला कह लो जां बेनती, क्योंकि पिछले लंबे समय तो जो सेवा लगी है, कल भी इत्थे असी ना बच्चे सैकड़े बच्चे आए सी, कुछ वीर कहन लगे जी मीडिया दा बड़ा जोर है जी इस करके अज सिक्खी वधन लग गई जां होर, मैं बेनती की थी, मैं कहा किसी का कोई जोर नहीं, ये गुरु की कृपा है। ये जिन्हों तो सेवा लै रहे हैं, कईयों नूं पता ही नहीं कित्थे कित्थे सतगुरु सेवा लई जांदे, ते कई दसदे भी नहीं असीं कहिड़ी सेवा कर रहे हैं। कई बार जिहड़े दिखावा करते हैं उत्थे सेवा घट हुंदी है, दिखावा ज़्यादा हुंदा है। इस करके मेरी बेनती है एक पिंड पद्धर ते हर गुरद्वारे नूं प्रचार का केंद्र बनाईए, जिवें खालसा सेवा वैलफेयर सोसायटी वालों उपराले किए जा रहे ना, हर सोसायटी वालों समाज सेवा दे विच, क्योंकि गरीब का मूँह गुरु की गोलक है। मैं कई स्कूलों जाना बच्चों के कई बार बूट पाटे होंगे, या कई बार मैं देखता सरकारी स्कूलों ज होर कई बार गया, वो लोग चाहते हैं कि इन्हों की हैल्प हो, कोई समाज के सेवा की जाए। दूसरे पास जो सिखी की गल करते हैं तो साढ़े बच्चे असी ये समझते हैं शायद बच्चे व्डे हो गुरमत बारे दसागे, नहीं असल दे ज्ञानी स्वीट शॉप वाले वो भी अपना जो सेवावां उन्होंने दित्तियां ने, ज्ञानी स्वीट शॉप वाले वो भी सन्मान प्राप्त कर लें जी। असल बच्चा जिहड़ा ना माँ के गर्भ के सीखना शुरू कर दिंदा है, इहदे उपर एक आर्टिकल दसदा एक बुक के छपना थोड़े दिनों तक आने वाला है, वो किवें सीखदा मनोविग्ञानी भी अज कह रहे हैं। असी स्टेजी प्रचार का जिहड़ा असर है अते प्रैक्टिकल का 10-90% का फर्क है, प्रैक्टिकल का बहुत वड्डा प्रचार है। इस करके जो मावां काम कर सकदियां, जो पेरेंट्स जो अध्यापक, ये बहुत वड्डे कारज ने। जे कि असी गुरमत दे धारनी हो जाइए, साडे समाज में करप्शन बेईमानी झूठ हेरा फेरियाँ सारा कुछ ही खत्म हो सकता है,
पर उहदे वास्ते एक मां नूं तैयार होना पैणा। एक विद्वान उहनूं सवाल कीता सी ना वी बच्चे नूं धर्म की सिक्ख्या कदों देईए, बच्चे दे जन्म तों कहिंदा 20 साल पहलां, बई बच्चा तो जमया नहीं 20 साल पहलां सिक्ख्या किदां देवां, कहिंदे उहदी मां जदों बचपन विच होवे उहनूं धर्म की सिक्ख्या दिओ। देखो किड्डी वड्डी गल है। इस करके बच्चा जिहड़ा है ना उहनूं कदों सिक्ख्या देनी है, बच्चे नूं बच्चा समझना, अनजाण समझना, न्याणा समझना, यह भुल है साडी बहुत वड्डी। बच्चा कदी न्याणा नहीं, हर उम्र विच सिखण लई, वह तो माँ के गर्भ में सीखता, जो जमदा अखां खोलदा सीखना शुरू कर दिंदा है, जो भुख लगती अंदरों सीखता ना, उहनूं कौन दसदा मैनूं भुख लगी है, उहदी भुख उहनूं सिखा दिंदी, मैं भुखा तो मैं रो के दसा माँ नूं मैनूं भुख लगी हुई है। ये सूक्ष्म गल्लां ने, सो बहुत वड्डियां गल्लां ने, प्रचार वास्ते बड़े यतन करन दी लोड़ है, बहुत वड्डे, क्योंकि प्रचार केवल सिख हिंदू मुस्लिम ईसाई तक सीमित नहीं, मनुखता तक सीमित है, सारिआं वास्ते। खत्री ब्राह्मण सूद वैस उपदेश चौं वरना को सांझा, मानस की जात सब है एक है पहचान वो। सो गुरु कृपा करे ये उपराले करिए, एक एक स्कूल दे विच असी जा रहे हैं, तो हुण ये रुकना नहीं काम, यह चलता रहना है, क्योंकि प्रचारक वह है जिहड़ा निरंतर तुरिया रहिंदा है, पानी वह जिहड़ा रुक जांदा ना उत्थे गंद पैदा हो जांदा है, निरंतर जिहड़ी चाल है यह बहुत जरूरी है। इस चाल नूं कदी ढिले ना पैन देईए, कमर कसे करिए, जदों कैंप लाउंदे वर्कशापां उहदे विच जिन्ने भी बच्चे आउंदे, एक एक बच्चा जे प्रचारक बनेगा फिर गल बननी, जे हर बच्चा, जे हुण घर दे विच ही मनमत्तां वहम भरम ने, अज मंगलवार है केसां च पानी नहीं पाउणा, शनिवार है बिल्ली ने कन्न खड़काते जी राह कट दिता जी, खाली टोकरा मत्थे लग गया, इहो जिहियां गल्लां ते घर घर ते भरम बैठे आ, वहमां भरमां च साडा समाज फसिया पिया है। सो गुरु ने सानूं अज्ञानता विचों कढ़णा है, इस करके भाई ये आज जिन्ने क आप बैठे हैं ना, क्योंकि अखीर बड़े घट रह जाते हैं, गुरु कृपा करे अपना अपना समा, जिन्हां ने हाजिरी भरी है बहुत मुबारक है, पर जिन्हें भी आप जुड़ बैठे हैं ना, हुण एक ये फैसला करना है जरूर भाई, गुरमत का एक एक कैंप अपने पिंडां विच लाइए, ये होमवर्क लैके जाना है, अपने गुरद्वारे नूं क्लासरूम बनाइए, क्लास सिस्टम उत्थे होवे, ना होवे भी सवेरे शाम नूं पाठ होया ठीक ठाक है, सारा दिन होना ही कुछ नहीं, इस करके बेअदबी होर थां थां ते की कुछ हो रहा है। सो क्योंकि असी जुम्मेवारी की चेतनता तो भज रहे हैं, साडे फर्ज की ने, साडियां जुम्मेवारियां की ने, असी की करना है, ये गुरु कोलों सीख के जरूर ये पहरा दईए, ये मेरी दो हाथ जोड़ के बेनती है, जां तरला कह लो, ये आपां रल मिल के यतन करिए। सो बहुत बहुत धन्नवाद, स्टेज की सेवा करदे आं, बहुत गलतियां रह जांदियां ने, सतगुरु जी गुरु की संगत बख्शनहार है, बख्श लैणा जी। वाहेगुरू जी का खालसा, वाहेगुरू जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਸਨਮਾਨ ਪ੍ਰਾਪਤ ਕਰਨਗੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ, ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ, ਜਿਹੜੇ ਹਮੇਸ਼ਾ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਹਿੱਤ ਤਤਪਰ ਰਹਿੰਦੇ ਹਨ, ਔਰ ਇਹਨਾਂ ਨੇ ਬਹੁਤ ਲੰਮੇ ਸਮੇਂ ਤੋਂ, ਕਿਉਂਕਿ ਦਾਸ ਨੂੰ ਇੱਥੇ ਤੁਹਾਡੇ ਇਲਾਕੇ ਦੇ ਵਿੱਚ ਕਾਫੀ ਸਮਾਂ ਵਿਚਰਨ ਦਾ ਜਿਹੜਾ ਗੁਰੂ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਪ੍ਰਾਪਤ ਹੋਇਆ, ਮੈਂ ਬੜੇ ਲੰਮੇ ਸਮੇਂ ਤੋਂ ਵੇਖ ਰਿਹਾ ਕਿ ਇਹ ਬਿਲਕੁਲ ਗੁਰਮਤਿ ਪ੍ਰਚਾਰ ਨੂੰ ਸਮਰਪਿਤ ਪ੍ਰਚਾਰਕ ਹਨ। ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਇਹੋ ਜਿਹੇ ਜਿਹੜੇ ਪ੍ਰਚਾਰਕ ਹਨ ਉਹਨਾਂ ਦੀ ਪਹਿਚਾਣ ਕਰਕੇ ਅਤੇ ਉਹਨਾਂ ਦਾ ਸਨਮਾਨ ਵੀ ਕਰੀਏ, ਔਰ ਉਹਨਾਂ ਨੂੰ ਉਤਸ਼ਾਹਿਤ ਵੀ ਕਰੀਏ, ਔਰ ਉਹਨਾਂ ਨੂੰ ਸਹਿਯੋਗ ਵੀ ਦਈਏ, ਤਾਂ ਕਿ ਗੁਰੂ ਦੀ ਜਿਹੜੀ ਸਿੱਖੀ ਹੈ ਇਹ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਸਕੇ। ਸੋ ਇਸ ਦੇ ਨਾਲ ਹੀ ਆਪ ਸਾਰੀਆਂ ਸੰਗਤਾਂ ਦਾ ਹਾਰਦਿਕ ਧੰਨਵਾਦ, ਤਹਿ ਦਿਲੋਂ ਧੰਨਵਾਦ, ਬੁਲਾਓ ਫਤਿਹ। ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਗੁਰੂ ਕੇ ਵਜ਼ੀਰ ਭਾਈ ਸਾਹਿਬ ਭਾਈ ਗ੍ਰੰਥੀ ਸਿੰਘ ਜੀ ਨੂੰ ਕਿ ਉਹ ਅਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਪਾਠ ਕਰਨ, ਉਸ ਤੋਂ ਬਾਅਦ ਅਰਦਾਸ ਹੋਏਗੀ, ਹੁਕਮ ਹੋਏਗਾ ਔਰ ਕੜਾਹ ਪ੍ਰਸ਼ਾਦ ਵਰਤੇਗਾ। ਸੋ ਸਾਰੀਆਂ ਸੰਗਤਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਦਾਇਗੀ ਤੋਂ ਬਾਅਦ ਜਾਣਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਸਨਮਾਨ ਹੈ ਉਹ ਆਪਾਂ ਜਿੰਨਾ ਵੀ ਕਰੀਏ ਓਨਾ ਹੀ ਥੋੜ੍ਹਾ ਹੈ। ਸੋ ਕੁਝ ਕੁ ਸਮਾਂ ਹੋਰ ਬਾਕੀ ਹੈ, ਸੋ ਬਹੁਤ ਧੰਨਵਾਦ। ਸੋ ਆਓ ਹੁਣ ਅਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਪਾਠ ਹੋਏਗਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵਹੋ ਹਰੀ ਕੇਰਾ ਮਾਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋਵੇ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੇਟਾ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣਹੋ ਸੰਤਾ ਸ਼ਬਦ ਧਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਹਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਹਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈ ਅਰਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ
तुमरी गत मित तुम ही जानी। बोलना जी सतनाम वाहिगुरु सतनाम वाहिगुरु। एक ओंकार वाहिगुरु जी की फतेह। श्री भगौती जी सहाय। वार श्री भगौती जी की पातशाही दसवीं प्रथम भगौती सिमर कै गुर नानक लई ते आए फिर अंगद गुर ते अमरदास रामदास होई सहाय अर्जन हर गोविंद नौ सिमरौ श्री हर राय। श्री हर कृष्ण ते आईऐ जिस डिठै सब दुख जाए तेग बहादुर सिमरै घर नौ निद आवै ताए सब थाई होए सहाय। दसवां पातशाह श्री गुरु गोविंद सिंह साहिब जी सब थाई होए सहाय। दसां पातशाहियां दी जोत श्री गुरु ग्रंथ साहिब जी दे पाठ दीदार दा ध्यान धरके बोलो जी। पंजां प्यारियां चौहां साहिबजादियां चालियां मुक्तियां हठियां जपियां तपियां जिन्हां नाम जपया बंड छकिया देख चलाई तेग वाही देख के अंडिठ कीता तिना प्यारियां सच्यारियां दी कमाई दा ध्यान धरके खालसा जी साहिब बोलो जी। जिन्हां सिंघां सिंघणियां ने धर्म हेत सीस दिते बंद बंद कटाए खोपरियां लोहाइयां चरखियां ते चढ़े आरियां नाल चिराए गए गुरद्वारियां दी सेवा लई कुर्बानियां कीतियां धर्म नहीं हारिया सिखी केसां सवासां नाल निभाई तिन्हां दी कमाई दा ध्यान धरके खालसा जी साहिब बोलो जी। पंजां तख्तां सरबत गुरद्वारियां दा ध्यान धरके बोलो जी। प्रथमे सरबत खालसा जी की अरदास है जी। सरबत खालसा जी को वाहिगुरु 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 चित आवे चित आवन का सदका सर्ब सुख होवे जहां जहां खालसा जी साहिब तहां तहां रशिया रियायत देग तेग फतेह बिरद की पैज पंथ की जीत श्री साहिब जी सहाए खालसा जी के बोल बाले बोलो जी। सिखां नूं सिखी दान केस दान रहत दान विवेक दान विसा दान भरोसा दान दाना सिरदान नाम दान श्री अमृतसर जी दे इशनान चौंकियां झंडे बुंगे जुगो जुग अटल धर्म का जयकार बोलो जी। सिखां दा मन नीवा मत उची मत का राखा आप अकाल पुरख वाहिगुरु हे अकाल पुरख अपने पंथ दे सदा सहाई दा तार जियो श्री ननकाणा साहिब ते होर गुरद्वारियां गुरधामां दे जिन्हां तों पंथ नूं विछोड़िया गया है खुले दर्शन दीदार ते सेवा संभाल दा दान अपने खालसा जी नूं बख्शो हे निमाणिया दे माण निताणिया दे ताण न्योटिया दी ओट न्यासरिया दे आसरे सच्चे पिता धन धन श्री गुरु ग्रंथ साहिब महाराज जीओ आप जी दे पावन पवित्र चरणा कमलां पास अरदास है सतगुरु जीओ आप जी दी अपार रहमत दा सदका आप जी वल्लों बख्शे हुए उदमां दा सदका खालसा सेवा वैलफेयर सुसाइटी लोहियां खास ने समूह साध संगत दे सहयोग दे नाल भाई साहब भाई गुरदास जी नूं समर्पित सालाना दो रोजा हर जस कीर्तन समागमां दे आयोजन कीते सन। सतगुरु जीओ अज दूजे दिन दे
ਸਮਾਗਮ ਸਤਿਗੁਰੂ ਜੀਓ ਆਪ ਜੀ ਦੀ ਹਜ਼ੂਰੀ ਦੇ ਵਿੱਚ ਸਜਾਏ ਗਏ ਸਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ, ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਜੀਵਨ ਸੰਬੰਧੀ ਇਤਿਹਾਸਕ ਵਿਚਾਰਾਂ ਔਰ ਉਹਨਾਂ ਦੀ ਰਚਨਾ ਦਾ ਕੀਰਤਨ ਕੀਤਾ ਗਿਆ ਹੈ। ਅਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦੇ ਜਾਪ ਹੋਏ ਹਨ। ਸਤਿਗੁਰੂ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਕੋਲੋਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ, ਗੁਰਮਤ ਵਿਚਾਰਾਂ ਦਾ ਭਾਵ ਸੰਗਤਾਂ ਦਿਆਂ ਹਿਰਦਿਆਂ ਵਿੱਚ ਵਸਾਉਣਾ, ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਮਹਾਨ ਜੀਵਨ ਤੋਂ ਪ੍ਰੇਰਨਾ ਲੈਣ ਦੀ ਬਲ ਬੁੱਧੀ ਸਮਰੱਥਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ, ਤਿਲ ਫੁੱਲ ਭੇਟਾਵਾਂ, ਸੰਗਤਾਂ ਦੀਆਂ ਸੇਵਾਵਾਂ ਅਤੇ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ, ਕਦਮ ਕਦਮ ਲਿਖੇ ਲਾਉਣਾ, ਆਪਣੇ ਚਰਨਾਂ ਕਮਲਾਂ ਨਾਲ ਸੱਚਾ ਪਿਆਰ ਸੱਚੀ ਸ਼ਰਧਾ ਬਖਸ਼ਿਸ਼ ਕਰਨੀ, ਇਸੇ ਤਰ੍ਹਾਂ ਹਰ ਸਾਲ ਸੰਗਤਾਂ ਨੂੰ ਉਪਰਾਲੇ ਬਖਸ਼ਦੇ ਰਹਿਣਾ, ਸੇਵਾ ਲੈਂਦੇ ਰਹਿਣਾ। ਸਤਿਗੁਰੂ ਜੀਓ ਨਗਰ ਖੇੜੇ ਸੁੱਖ ਵਰਤਾਉਣੀ, ਸਭਨਾਂ ਦੀਆਂ ਸ਼ੁਭ ਮਨੋਕਾਮਨਾਵਾਂ ਸੰਪੂਰਨ ਕਰਨੀਆਂ, ਖਜ਼ਾਨੇ ਭੰਡਾਰੇ ਭਰਪੂਰ ਕਰਨੇ, ਦੇਸ਼ ਵਿਦੇਸ਼ ਅੰਗ ਸੰਗ ਹੋ ਕਰਕੇ ਸਹਾਇਤਾ ਕਰਨੀ। ਸਤਿਗੁਰੂ ਜੀਓ ਇਹਨਾਂ ਹੀ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਸੰਗਤਾਂ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਖਜ਼ਾਨਿਆਂ ਦੇ ਵਿੱਚੋਂ ਸਤਿਗੁਰੂ ਜੀਓ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਏ ਗਏ ਹਨ, ਆਪ ਜੀ ਦੇ ਬਖਸ਼ੇ ਹੋਏ ਭੰਡਾਰਿਆਂ ਦੇ ਵਿੱਚੋਂ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਸਜ ਕਰਕੇ ਹਾਜ਼ਰ ਹੋਇਆ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੀ, ਜੋ ਜੀ ਸ਼ਕੇ ਆਪ ਜੀ ਦਾ ਪਾਵਨ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਜਪੇ। ਸਤਿਗੁਰੂ ਜੀਓ ਕਰੋ ਕਿਰਪਾ, ਆਪਣਾ ਇਲਾਹੀ ਹੁਕਮ ਸੰਗਤਾਂ ਨੂੰ ਬਖਸ਼ਿਸ਼ ਕਰਕੇ ਕਿਰਤਾਰਥ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ, ਖੁਆਰ ਹੋਏ ਸਭ ਮਿਲੈਗੇ ਬਚੇ ਸ਼ਰਨ ਜੋ, ਖੁਆਰ ਹੋਏ ਸਭ ਮਿਲੈਗੇ ਬਚੇ ਸ਼ਰਨ ਜੋ, ਬੋਲੇ ਸੋ ਨਿਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਦਮ ਮਤ ਪ੍ਰਭ ਅੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ, ਜਿਉਂ ਨਟੂਆ ਤੰਤ ਵਜਾਏ ਤੰਤੀ, ਤਿਉਂ ਵਾਜੈ ਜੰਤ
ਜਨਾ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਾਲੈ ਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਰਾਮ ਸੁਖ ਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾਂ ਮਨ ਰੇ ਕੌਣ ਕੁਮਤ ਤੈ ਲੀਨੇ ਪਰ ਦਾਰਾ ਨਿੰਦਿਆ ਰਸ ਰਚੇਉ ਰਾਮ ਭਗਤ ਨਹਿ ਕਿੰਨੇ ਮਨ ਰੇ ਕੌਣ ਕੁਮਤ ਤੈ ਲੀਨੇ ਪਰ ਦਾਰਾ ਨਿੰਦਿਆ ਰਸ ਰਚੇਉ ਰਾਮ ਭਗਤ ਨਹਿ ਕਿੰਨੇ ਰਹਾਉ ਮੁਕਤ ਪੰਥ ਜਾਣਿਉ ਤੈ ਨਾਹਿਨ ਧਨ ਜੋਰਨ ਕਉ ਧਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ ਘਟ ਹੀ ਮਾਹੇ ਨਿਰੰਜਨ ਤੇਰੈ ਤੈ ਖੋਜਤ ਉਦਿਆਨਾ ਬਹੁਤ ਜਨਮ ਭਰਮਤ ਤੈ ਹਾਰਿਓ ਅਸ ਥਿਰ ਮਤ ਨਹੀਂ ਪਾਏ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਭਰਮਤ ਤੈ ਹਾਰਿਓ ਅਸ ਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਨਾਵਾਂ ਮਨ ਰੇ ਕੌਣ ਕੁਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਗੁਰਾਂ ਦੀ ਰਹਿਮਤ ਕਿਰਪਾ ਵਰਤੀ ਹੈ ਜੋ ਦੋ ਰੋਜ਼ਾ ਹਰ ਜਸ ਕੀਰਤਨ ਦਰਬਾਰ ਦੀ ਸਮਾਪਤੀ ਹੋਈ ਹੈ
ਸਤਿਗੁਰਾਂ ਨੇ ਜਿੱਥੇ ਪ੍ਰਬੰਧਕ ਵੀਰਾਂ ਦੇ ਸਿਰ ਉੱਪਰ ਬਖਸ਼ਿਸ਼ ਭਰਿਆ ਹੱਥ ਰੱਖਿਆ, ਉੱਥੇ ਸੰਗਤਾਂ ਨੂੰ ਪ੍ਰੇਰਨਾ ਬਖਸ਼ਿਸ਼ ਕਰਕੇ ਇਹਨਾਂ ਸਮਾਗਮਾਂ ਦੇ ਵਿੱਚ ਭੇਜਿਆ। ਉੱਥੇ ਹੋਰ ਇਲਾਕੇ ਦੀਆਂ ਸੇਵਾ ਸੁਸਾਇਟੀਆਂ ਸਾਰਿਆਂ ਨੇ ਹੀ ਗੁਰੂ ਦੀ ਕਿਰਪਾ ਦੇ ਨਾਲ ਜੋ ਸੇਵਾਵਾਂ ਕੀਤੀਆਂ ਨੇ, ਸੋ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾ ਰਹੀ ਹੈ। ਮੈਂ ਵੀਰਾਂ ਨੂੰ ਬੇਨਤੀ ਕਰਾਂਗਾ ਜੋ ਦੇਗ ਵਰਤਾਈ ਜਾਵੇ, ਸਤਿਗੁਰਾਂ ਦੇ ਸੁੱਖ ਆਸਣਾਂ ਦੀ ਸੇਵਾ ਉਹ ਵੀ ਹੋ ਰਹੀ ਹੈ। ਸਤਿਗੁਰਾਂ ਦੇ ਪਾਵਨ ਸਰੂਪ ਜੋ ਗੁਰਦੁਆਰਾ ਸਾਹਿਬ ਵਿਖੇ ਜਾਣਗੇ, ਅਤੇ ਸੰਗਤਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਜਲ ਪਾਣੀ ਛਕਣਾ ਹੈ ਅਤੇ ਹੋਰ ਸੇਵਾਵਾਂ ਜਿਨ੍ਹਾਂ ਨੇ ਕੀਤੀਆਂ ਨੇ, ਜਿੱਥੇ ਜਿੱਥੇ ਵੀ ਸੇਵਾਵਾਂ ਕਰ ਰਹੇ ਨੇ, ਇੱਕ ਵਾਰ ਫਿਰ ਸਾਰਿਆਂ ਦਾ ਪ੍ਰਬੰਧਕ ਵੀਰਾਂ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। ਅਤੇ ਕੱਲ੍ਹ ਦਾ ਇੱਕ ਹੋਰ ਪ੍ਰੋਗਰਾਮ ਜਿਸ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਪਹੁੰਚ ਰਹੇ ਨੇ, ਜੋ ਗੁਰਦੁਆਰਾ ਸਿੰਘ ਸਭਾ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਜਿਹੜੇ ਅੰਮ੍ਰਿਤ ਵਿਲਾਖੀ ਨੇ ਜਾਂ ਪਿੰਡਾਂ ਦੇ ਵਿੱਚ ਹੋਰ ਸੰਗਤਾਂ ਕਈ ਪੁੱਛਦੇ ਨੇ ਅੰਮ੍ਰਿਤ ਬਾਰੇ, ਉਹਨਾਂ ਨੂੰ ਤੁਸਾਂ ਨੇ ਦੱਸ ਕੇ ਸਵੇਰ ਨੂੰ ਭੇਜਣਾ ਹੈ, ਕਿਉਂਕਿ ਕਈ ਵਾਰ ਕਈਆਂ ਨੂੰ ਨਹੀਂ ਪਤਾ ਹੁੰਦਾ ਅੰਮ੍ਰਿਤ ਸੰਚਾਰ ਕਿੱਥੇ ਹੋ ਰਿਹਾ ਹੈ। ਸੋ ਕੱਲ੍ਹ ਨੂੰ 10:30 ਵਜੇ ਸੋ ਗੁਰਦੁਆਰਾ ਸਿੰਘ ਸਭਾ ਲੋਹੀਆਂ ਵਿਖੇ ਅੰਮ੍ਰਿਤ ਸੰਚਾਰ ਹੋਣਾ ਹੈ, ਕਕਾਰ ਵੀ ਉੱਥੇ ਦਿੱਤੇ ਜਾਣਗੇ। ਸੋ ਇਹਨਾਂ ਸੇਵਾਵਾਂ ਦੇ ਵਿੱਚ, ਕੱਲ੍ਹ ਦੀ ਸੇਵਾ ਦੇ ਵਿੱਚ ਵੀ ਜ਼ਰੂਰ ਹਾਜ਼ਰੀ ਭਰੋ। ਸੋ ਇਸ਼ਤਿਹਾਰ ਕੁਝ ਰੱਖੇ ਗਏ ਨੇ, ਕਿਉਂਕਿ ਜੋ 2 ਤਰੀਕ ਤੋਂ 4 ਤਰੀਕ ਤੱਕ ਸਮਾਗਮ ਹੈ ਉਹ ਵੀ ਇਸ਼ਤਿਹਾਰ ਪਏ ਨੇ। ਖਾਨਪੁਰ ਢੱਡਾ ਉੱਥੇ ਵੀ ਬੱਚਿਆਂ ਦੇ ਪ੍ਰੋਗਰਾਮ ਉਲੀਕੇ ਗਏ ਨੇ, ਜੋ 4 ਤਰੀਕ ਨੂੰ ਦਿਨ ਦੇ ਪ੍ਰੋਗਰਾਮ ਨੇ, ਦਸਤਾਰ ਮੁਕਾਬਲੇ, ਹੋਰ ਕੀਰਤਨ ਦੇ ਬਹੁਤ ਸਾਰੇ ਸਮਾਗਮ ਆ। ਉਹ ਦਾਸ ਦੇ ਨਾਲ ਸੰਪਰਕ ਕਰ ਸਕਦੇ ਹੋ, ਨੰਬਰ ਵੀ ਲੈ ਸਕਦੇ ਹੋ। ਅਤੇ 25 ਦਸੰਬਰ ਨੂੰ ਭਾਈ ਮਰਦਾਨਾ ਜੀ ਦੀਵਾਨ ਹਾਲ ਗੁਰਦੁਆਰਾ ਬੇਰ ਸਾਹਿਬ, ਉੱਥੇ ਸ਼ਹੀਦੀ ਸਮਾਗਮ ਹੋ ਰਿਹਾ, ਮਹਾਨ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਉਹ ਵੀ ਇਸ਼ਤਿਹਾਰ ਪਏ ਨੇ, ਉਹ ਵੀ ਲੈ ਕੇ ਜਾਇਓ। ਜੇ ਕੋਈ ਪਿੰਡਾਂ ਦੇ ਵਿੱਚ ਦੇ ਸਕਦਾ, ਗ੍ਰੰਥੀ ਸਿੰਘਾਂ ਨੂੰ ਦੇ ਕੇ ਅਨਾਊਂਸਮੈਂਟਾਂ ਕਰਵਾ ਕੇ ਸੰਗਤਾਂ ਨੂੰ ਵੱਧ ਤੋਂ ਵੱਧ ਲੈ ਕੇ ਆਓ ਇਹਨਾਂ ਸਮਾਗਮਾਂ ਦੇ ਵਿੱਚ। ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਅਤੇ ਕੋਟਾਂ-ਕੋਟ ਧੰਨਵਾਦ। ਦੀਨ ਦੁਨੀਆ ਦੇ ਮਾਲਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਆਪ ਜੀ ਨੇ ਸਰਵਣ ਕੀਤੀ ਹੈ, ਰਾਗੀ ਸਿੰਘਾਂ ਦੇ ਰਾਹੀਂ, ਕਥਾਵਾਚਕਾਂ ਦੇ ਰਾਹੀਂ, ਗੁਰਮਤ ਕੀ ਹੈ, ਮਨਮਤ ਕੀ ਹੈ, ਇਹ ਨਿਖੇੜ ਆਪਾਂ ਗੁਰੂ ਦੀ ਬਾਣੀ ਰਾਹੀਂ ਕਰਨਾ ਹੈ ਕਿ ਗੁਰਮਤ ਅਸਲ ਵਿੱਚ ਕੀ ਹੈ ਅਤੇ ਮਨਮਤਾਂ ਕਿਹੜੀਆਂ ਨੇ। ਸੋ ਸਾਰੀ ਸੰਗਤ ਦਾ ਹੀ ਬਹੁਤ ਬਹੁਤ ਧੰਨਵਾਦ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਸਤਿਗੁਰਾਂ ਦਾ ਕੋਟਾਂ-ਕੋਟ ਧੰਨਵਾਦ ਜਿਨ੍ਹਾਂ ਦੀ ਕਿਰਪਾ ਦੇ ਨਾਲ ਜੁੜ ਬੈਠੇ ਸਾਂ। ਸੋ ਸਤਿਗੁਰਾਂ ਦੇ ਸੁੱਖ ਆਸਣਾਂ ਦੀ ਸੇਵਾ ਹੋ ਚੁੱਕੀ ਹੈ, ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਣ ਤੋਂ ਉਪਰੰਤ ਸਤਿਗੁਰਾਂ ਦੇ ਪਾਵਨ ਸਰੂਪ ਜੋ ਨਿੱਜ ਆਸਣਾਂ ਵੱਲ ਨੂੰ ਗੁਰਦੁਆਰਾ ਸਾਹਿਬ ਵੱਲ, ਜੋ ਮੈਂ ਸੇਵਾਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਉਹ ਵੀ ਸੇਵਾ ਕਰਨ ਵਾਸਤੇ ਆ ਜਾਣ। ਤੋ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।